ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਹੋਏ ਇਸ ਹਾਦਸੇ ਦੇ ਵਿੱਚ 4 ਬੱਚੇ ਮਾਰੇ ਗਏ। 4 ਬੱਚਿਆਂ ਦੇ ਮਾਪਿਆਂ ਮੁਤਾਬਕ ਮੀਡੀਆ ਦੇ ਨਾਲ ਮੁਖਾਤਿਬ ਹੋ ਕੇ ਉਹਨਾਂ ਦੱਸਿਆ ਕਿ ਸਾਡੇ ਬੱਚੇ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਅਜਿਹਾ ਕਿਸੇ ਹੋਰ ਦੇ ਨਾਲ ਨਾ ਹੋਵੇ ਇਸ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਨਾਲ ਹੀ ਇਹਨਾਂ ਮਾਪਿਆਂ ਵੱਲੋਂ ਸਾਫ਼ ਕੀਤਾ ਗਿਆ ਕਿ ਉਹਨਾਂ ਨੂੰ ਮੁਆਵਜ਼ਿਆਂ ਨਾਲੋਂ ਮਾਸੂਮ ਬੱਚਿਆਂ ਦੀ ਸੁਰੱਖਿਆ ਵੱਧ ਲੋੜੀਂਦੀ ਹੈ। ਸੰਗਰੂਰ ਦੇ ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਆਪਣੇ ਜਿਗਰ ਦੇ ਟੁਕੜਿਆਂ ਨੂੰ ਗੁਆਉਣ ਵਾਲੇ ਪੀੜਿਤ ਪਰਿਵਾਰ ਮੀਡੀਆ ਦੇ ਮੁਖਾਤਿਬ ਹੋਏ, ਜਿੱਥੇ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਨੂੰ ਮੁਆਵਜ਼ੇ ਦੇ ਤੌਰ ਤੇ ਵੱਡੀ ਰਕਮ ਨਹੀਂ ਚਾਹੀਦੀ, ਸਗੋਂ ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ, ਇਸ ਦੇ ਲਈ ਪੁਖਤਾ ਬੰਦੋਬਸਤ ਕੀਤੇ ਜਾਣ। ਉਹਨਾਂ ਨੇ ਸਰਕਾਰ ਤੋਂ ਇਸ ਮਾਮਲੇ 'ਚ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਕਿਸੇ ਹੋਰ ਬੱਚੇ ਦੇ ਨਾਲ ਫਿਰ ਇਸ ਤਰ੍ਹਾਂ ਦਾ ਹਾਦਸਾ ਪੇਸ਼ ਨਾ ਆਏ। ਪਰਿਵਾਰ ਅਨੁਸਾਰ ਜੋ ਪਰਿਵਾਰ ਚਾਹੁੰਦਾ ਉਸਨੂੰ ਮੋਹਰੇ ਰੱਖ ਕੇ ਉਹਨਾਂ ਨੂੰ ਦੇਖੀਏ, ਉਹਨਾਂ ਨੂੰ ਇਸ ਵੇਲੇ ਉਹਨਾਂ ਦੁੱਖ 'ਚ ਅਸੀਂ ਕਿਵੇਂ ਭਾਗੀਦਾਰ ਬਣ ਸਕਦੇ ਹਾਂ, ਉਹਨਾਂ ਦੁੱਖ ਕਿਵੇਂ ਵੰਡਾ ਸਕਦੇ ਹਾਂ, ਉਸ ਵੱਲ ਧਿਆਨ ਦਈਏ, ਨਾ ਕਿ ਉਹਨਾਂ ਦੇ ਜਿਹੜੇ ਜ਼ਖਮ ਹੈ ਬਾਰ ਬਾਰ ਖਰੀਦ ਕੇ ਉਹਨਾਂ ਨੂੰ ਹੋਰ ਇੱਕ ਤਰੀਕੇ ਨਾਲ। ਤੁਸੀਂ ਤਾਂ ਪਰਿਵਾਰ ਨੂੰ ਹੀ ਸ਼ਰਮਿੰਦਾ ਕਰ ਰਹੇ ਹੋ ਕਿ ਉਹ ਆਪਣੇ ਬੱਚਿਆਂ ਦਾ ਕਿਤੇ ਨਾ ਕਿਤੇ ਸੌਦਾ ਕਰਨਾ ਚਾਹ ਰਹੇ। ਸਰ, ਜਿਹੜੀਆਂ ਝੂਠੀਆਂ ਖ਼ਬਰਾਂ ਲੱਗ ਰਹੀਆਂ ਨੇ, ਛਪ ਰਹੀਆਂ ਨੇ, ਜੋ ਵੀ ਮੰਨ ਕੇ ਚਲੋ ਮੀਡੀਆ 'ਚ ਪੈ ਰਹੀਆਂ ਨੇ, ਸਭ ਝੂਠੀਆਂ ਨੇ। ਸਾਡਾ ਪਰਿਵਾਰ ਸਾਰਾ ਖੜਾ ਜੀ, ਠੀਕ ਹੈ। ਸਾਨੂੰ ਅਸੀਂ ਇੱਕ ਗੱਲ ਦੀ ਮੰਗ ਕਰਦੇ ਹਾਂ ਵੀ, ਲੇਕਿਨ ਚਲੋ ਠੀਕ ਆ, ਜੋ ਕੁਛ ਹੋ ਗਿਆ ਸਾਡੇ ਨਾਲ ਹੋ ਗਿਆ, ਵੀ ਰੱਬ ਨੂੰ ਜੋ ਮਨਜ਼ੂਰ ਸੀ ਹੋ ਗਿਆ, ਠੀਕ ਆ। ਕਦੇ ਕਹਿੰਦੇ ਨੇ ਵੀ ਤੁਹਾਨੂੰ 50 ਲੱਖ ਦਵਾ ਦਾਂਗੇ, ਕਦੇ ਕਹਿੰਦੇ ਨੇ ਤੁਹਾਨੂੰ ਇਹ ਗੱਲ ਧਰਨਾ ਲਾਓ। ਸਾਡੇ ਤਾਂ ਮੇਨ ਮੰਗ ਇਹ ਆ ਵੀ ਅਗਲੀ ਅੱਗੇ ਵੀ ਜਾਣੀ ਕਿ ਬੱਚੇ ਹੋਰ ਨੇਗੇ, ਠੀਕ ਆ, ਸਾਡੇ ਨਾਲ ਜੋ ਵਾਪਰਿਆ ਵੀ ਹੋਰ ਕਿਸੇ ਨਾਲ ਨਾ, ਕੱਲ੍ਹ ਨੂੰ ਉਹਨਾਂ 'ਤੇ ਵੀ ਰੋਟੀਆਂ ਸੇਕੀਆਂ ਜਾਣ, ਵੀ ਉਹ ਰੋਟੀਆਂ ਸੇਕਣੀਆਂ ਬੰਦ ਕਰ ਦਿਓ। ਦਰਅਸਲ ਕੁਝ ਜਥੇਬੰਦੀਆਂ ਪੀੜਿਤ ਪਰਿਵਾਰਾਂ ਨੂੰ 40 ਲੱਖ ਤੱਕ ਦੀ ਆਰਥਿਕ ਮਦਦ ਦਿੱਤੇ ਜਾਣ ਦੀ ਮੰਗ ਕਰ ਰਹੀਆਂ ਸਨ, ਪਰ ਪੀੜਿਤ ਪਰਿਵਾਰਾਂ ਨੇ ਦੋ ਟੁੱਕ ਕਿਹਾ ਕਿ ਇਸ ਮਾਮਲੇ 'ਚ ਸਿਆਸਤ ਨਾ ਹੋਵੇ। ਜਥੇਬੰਦੀਆਂ ਵਿੱਚ ਹੋਰ ਲੋਕ ਕਹਿ ਰਹੇ ਨੇ ਵੀ ਤੁਹਾਡੇ 'ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ। ਸਾਡੇ 'ਤੇ ਕਿਸੇ ਦਾ ਪ੍ਰੈਸ਼ਰ ਨਹੀਂ, ਅਸੀਂ ਨਾ ਕੋਈ ਮੁਆਵਜ਼ੇ ਦੀ ਮੰਗ ਕੀਤੀ ਹੈ ਜੀ। ਜੋ ਸਹਾਇਤਾ ਹੋ ਰਹੀ ਆ ਕਰ ਰਿਹਾ, ਕੋਈ ਕਰ ਦੇਵੇ, ਨਹੀਂ ਕਰਨਾ ਉਹ ਨਾ ਕਰੇ ਜੀ। ਸਾਡੀ ਕਿਸੇ ਮੂਹਰੇ ਕੋਈ ਮੰਗ ਨਹੀਂ। ਉਹ ਕਹਿੰਦੇ ਨੇ ਵੀ ਤੁਸੀਂ ਵੀ ਸਾਡੇ ਨਾਲ ਜੁੜੋ, ਵੀ ਕਹਿ ਰਹੇ ਨੇ, ਅਸੀਂ ਕਿਸੇ ਨਾਲ ਨਹੀਂ, ਵੀ ਅਸੀਂ ਐਂ ਚਾਹੁੰਦੇ ਵੀ ਕੱਲ੍ਹ ਨੂੰ ਵੀ ਕਿਸੇ ਦੇ ਹੋਰ ਬੱਚਿਆਂ ਨਾਲ ਨਹੀਂ ਜਾ ਭਾਣਾ ਵਾਪਰੀ, ਜੋ ਸਾਡੇ ਬੱਚੇ ਨਾਲ ਹੋਵੇ। ਇਹ ਗੱਲ ਕੋਈ ਨਹੀਂ ਜੀ, ਸਾਡਾ ਮਜ਼ਾਕ ਉਡਾ ਰਹੇ ਨੇ ਜੀ, ਵੀ ਬੱਚੀਆਂ ਦਾ ਸੌਦਾ ਕਰ ਰਹੇ ਨੇ। ਅਸੀਂ ਇਹੋ ਜਿਹਾ ਕੁਛ ਨਹੀਂ ਚਾਹੁੰਦੇ ਜੀ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜੋ ਸਾਡੀਆਂ ਬੇਟੀਆਂ ਨਾਲ ਹੋ ਗਿਆ ਵੀ ਕਿਸੇ ਗਾਹਾਂ ਬੱਚਿਆਂ ਨਾਲ ਨਾ ਹੋ ਜਾਏ ਜੀ। ਸਖ਼ਤ ਤੋਂ ਸਖ਼ਤ ਇਹ ਕਾਰਵਾਈ ਕਰੀ ਜਾਵੇ, ਸਕੂਲਾਂ ਵੈਨਾਂ ਚੈੱਕ ਕਰੀਆਂ ਜਾਣ ਜੀ, ਇਹ ਚੀਜ਼ ਚਾਹੁੰਦੇ ਹਾਂ ਜੀ। ਸਾਨੂੰ ਕਿਸੇ ਦੀ ਉਹ ਨਹੀਂ ਜੀ, ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਸਾਡੇ ਬੱਚਿਆਂ ਦਾ ਮਜ਼ਾਕ ਨਾ ਉਡਾਇਆ ਜਾਵੇ ਜੀ, ਠੀਕ ਆ। ਅਤੇ ਵੀ ਬਾਕੀ ਜਿੰਨੀ ਵੀ ਸਖ਼ਤ ਹੋ ਸਕਦੀ ਹੈ ਸਕੂਲਾਂ ਵੈਨਾਂ ਦੀ ਕਾਰਵਾਈ ਕੀਤੀ ਜਾਵੇ। ਕਿਸੇ ਵੀ ਮਾਂ ਬਾਪ ਦੇ ਲਈ ਉਹਨਾਂ ਦੇ ਬੱਚਿਆਂ ਤੋਂ ਕੀਮਤੀ ਦੁਨੀਆ 'ਚ ਭਲਾ ਹੋਰ ਕੀ ਹੋ ਸਕਦਾ ਹੈ। ਇਹੀ ਗੱਲ ਲੌਂਗੋਵਾਲ ਸਕੂਲ ਵੈਨ ਹਾਦਸੇ ਦੇ ਪੀੜਿਤ ਪਰਿਵਾਰ ਕਹਿਣਾ ਚਾਹ ਰਹੇ ਨੇ, ਤਾਂ ਕਿ ਭਵਿੱਖ 'ਚ ਕਿਸੇ ਹੋਰ ਦੇ ਘਰ ਦਾ ਚਿਰਾਗ ਨਾ ਬੁਝੇ। ਸੰਗਰੂਰ ਤੋਂ ਕੀਰਤੀਪਾਲ ਦੇ ਨਾਲ ਨਿਊਜ਼ ਰਿਪੋਰਟ, ਸੀ ਮੀਡੀਆ।